जगह च ये चीज नहीं मिलती पर 20 रुपए च पेट भर के जगह ते खा सकदे हो की कहोगे जी बहुत बढ़िया बहुत बढ़िया एडे वद्दे सेवा होर किते है नहीं ਜਿਵੇਂ ਇਹ ਸੇਵਾ ਕਰਦੇ ਆ ਹੋਰ ਕਿਤੇ ਸੇਵਾ ਨਹੀਂ ਕਰਦੇ ਸਵਾਦ ਕਿਵੇਂ ਕਹਿੰਦੇ ਸਸਤਾ ਹੈ ਕੁਛ ਹੁੰਦਾ ਹੈ ਕਿ ਸਵਾਦ ਹੋਊਗਾ ਕਿ ਨਹੀਂ ਬਹੁਤ ਵਧੀਆ ਜਿੱਦਾਂ ਦਾ ਘਰੇ ਆ ਉਦਾਂ ਇੱਥੇ ਆ ਉਦੋਂ ਵਧੀਆ ਹੀ ਹੋਊ ਘੱਟ ਵੀ ਨਹੀਂ ਆ ਤੇ ਫਾਇਦਾ ਵੀ ਨਹੀਂ ਆ ਤੁਸੀਂ ਇਹ ਫਿਰ ਵੀ ਸ਼ੁਰੂ ਕੀਤੀ ਹੋਈ ਹੈ ਫਾਇਦਾ ਹੀ ਫਾਇਦਾ ਸਾਨੂੰ ਸਾਡੇ ਨਾਲ ਕਸਟਮਰ ਦੁਬਾਰਾ ਜੁੜ ਗਏ ਸਾਡੇ ਤੋਂ ਉਹਦੇ ਚੋਂ ਨਹੀਂ ਬਚਦਾ ਸਾਨੂੰ ਦੂਜੀ ਸਮਾਨ ਸਾਡਾ ਜ਼ਿਆਦਾ ਵਿਕ ਜਾਂਦਾ ਅਸੀਂ ਸਸਤਾ ਦੇ ਰਹੇ ਹਾਂ ਸਿਹਤ ਨਾਲ ਥੋੜਾ ਖਿਲਵਾੜ ਕਰਾਂਗੇ ਕਿਸੇ ਦੀ ਚੀਜ਼ ਵੀ ਵਧੀਆ ਦੇਵਾਂਗੇ ਸਸਤੀ ਸੀ ਆਪਦੇ ਤੌਰ ਤੇ ਦੇ ਰਹੇ ਹਾਂ चेक भी कर सकते हो पता नहीं की इन्होंने घोल के पलाया कड़ी चौल खाने ही खाने तीन बजे तक खत्म हो जाता बहुत वधिया है सर थोड़े वल्लों जिहड़ा ये किया गया ਪਹਿਲਾਂ ਕਿਤੇ ਰਾਜਮਾ ਖਤਮ ਹੋ ਜਾਂਦੇ ਆ ਬਰਾਬਰ ਚੱਲਦਾ ਕਿਤੇ ਰਾਜਮਾ ਨੂੰ ਪਸੰਦ ਕਰਨ ਵਾਲੇ ਜ਼ਿਆਦਾ ਆ ਜਾਂਦੇ ਆ ਉਦੋਂ ਰਾਜਮਾ ਜਲਦੀ ਖਤਮ ਹੋ ਜਾਂਦੇ ਆ ਜਦੋਂ ਕੜੀ ਨੂੰ ਪਸੰਦ ਕਰਨ ਵਾਲੇ ਆ ਜਾਂਦੇ ਉਦੋਂ ਕੜੀ ਖਤਮ ਹੋ ਜਾਂਦੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਲਓ ਡਾਂ ਟਾਈਮਸ ਤੇ ਮੈਂ ਹਰਸ਼ ਕੌਰ ਅਸੀਂ ਅਕਸਰ ਹੀ ਤੁਹਾਨੂੰ ਸਾਹਮਣੇ ਰਾਜਮਾ ਚਾਵਲ ਕੜੀ ਚਾਵਲ ਦੀਆਂ ਸਟੋਰੀਆਂ ਲੈ ਕੇ ਆਉਂਦੇ ਆ ਪਰ ਅੱਜ ਅਸੀਂ ਇਸ ਜਗ੍ਹਾ ਖਾਲਸਾ ਸਵੀਟ ਤੇ ਮੌਜੂਦ ਆ ਜੋ ਕਿ ਕੁਆਲਿਟੀ ਚੌਂਕ ਸ਼ਿਮਲਾ ਪੂਰੀ ਆ ਇਸ ਜਗ੍ਹਾ ਤੇ ਜਿਹੜਾ ਕਿ ਕੜੀ ਚਾਵਲ ਤੇ ਰਾਜਮਾ ਚਾਵਲ ਅਨਲਿਮਿਟਿਡ ਮਿਲਦੇ ਆ ਉਹਦਾ ਵੀ ਤੁਹਾਨੂੰ ਰੇਟ ਦੱਸ ਦਿੰਦੇ ਆ 20 ਰੁਪਏ ਚ ਕੜੀ ਚਾਵਲ ਅਨਲਿਮਿਟਿਡ ਆ ਤੇ ਰਾਜਮਾ ਚਾਵਲ 30 ਰੁਪਏ ਚ ਅਨਲਿਮਿਟਿਡ ਹੈ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਇੱਥੇ ਲੱਗਿਆ ਹੋਇਆ ਥੱਲੇ ਕਿ ਕੜੀ ਚਾਵਲ 20 ਰੁਪਏ ਚ ਜਿੰਨਾ ਮਰਜ਼ੀ ਖਾਓ ਤੇ ਨਾਲ ਹੀ ਰਾਜਮਾ ਚਾਵਲ 30 ਰੁਪਏ ਚ ਇਹ ਇੱਥੇ ਸਭ ਤੋਂ ਖਾਸ ਗੱਲ ਆ ਬਹੁਤ ਸਾਰੀ ਜਗ੍ਹਾ ਹੁੰਦੀ ਆ ਪਰ ਇੱਥੇ ਖਾਸ ਗੱਲ ਇਹ ਆ ਕਿ ਲੋਕ ਇੱਥੇ ਆ ਕੇ 20 ਰੁਪਏ ਚ ਅਨਲਿਮਿਟਿਡ ਖਾ ਸਕਦੇ ਆ ਤੇ ਇੱਥੇ ਲੋਕ ਵੀ ਬਹੁਤ ਸਾਰੇ ਮੌਜੂਦ ਆ ਆਪਾਂ ਇੱਥੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਤਸਵੀਰਾਂ ਇੱਥੇ ਰਾਜਮਾ ਚਾਵਲ ਕੜੀ ਚਾਵਲ ਇੱਥੇ ਆ ਤੇ ਸ਼ੁਰੂਆਤ ਤੋਂ ਹੀ ਇੱਥੇ ਕਾਫੀ ਭੀੜ ਲੱਗਣੀ ਸ਼ੁਰੂ ਹੋ ਜਾਂਦੀ ਹੈ ਲੋਕਾਂ ਦੀ ਲੰਚ ਟਾਈਮ ਹੁੰਦਾ ਤੇ ਉਹ ਇੱਥੇ ਆ ਕੇ ਜ਼ਰੂਰ ਇੱਥੇ ਖਾਂਦੇ ਨੇ ਤੇ ਆਪੇ ਗੱਲ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਇੱਥੇ 20 ਰੁਪਏ ਚ ਰਾਜਮਾ ਚਾਵਲ ਮਿਲਦੇ ਆ ਕੜੀ ਚਾਵਲ ਮਿਲਦੇ ਆ ਤੁਸੀਂ ਕੀ ਕਹੋਗੇ ਵਧੀਆ ਸਿਸਟਮ ਆ ਸੋਚਿਆ ਸੀ ਕਿਤੇ ਹੋਰ ਜਗ੍ਹਾ ਇਹੋ ਜਿਹਾ ਹੋਊਗਾ ਪਰ ਇਹ ਜਗ੍ਹਾ ਕੋਈ 20 ਰੁਪਏ ਚ ਅਨਲਿਮਿਟਿਡ ਖਾਣ ਨੂੰ ਦੂਗਾ ਨਹੀਂ ਠੀਕ ਆ ਵਧੀਆ ਸਰਵਿਸ ਆ ਕਈ ਜਗ੍ਹਾ 'ਚ ਇਹ ਚੀਜ਼ ਨਹੀਂ ਮਿਲਦੀ ਪਰ 20 ਰੁਪਏ 'ਚ ਪੇਟ ਭਰ ਕੇ ਜਗ੍ਹਾ 'ਤੇ ਖਾ ਸਕਦੇ ਹੋ ਕੀ ਕਹੋਗੇ ਜੀ ਬਹੁਤ ਵਧੀਆ ਇੱਡੇ ਵੱਧੇ ਸੇਵਾ ਹੋਰ ਕਿਤੇ ਹੈ ਨਹੀਂ ਜਿਵੇਂ ਇਹ ਸੇਵਾ ਕਰਦੇ ਆ ਹੋਰ ਕਿਤੇ ਸੇਵਾ ਨਹੀਂ ਕਰਦੇ ਸਵਾਦ ਕਿਵੇਂ ਕਹਿੰਦੇ ਸਸਤਾ ਹੈ ਕੁਛ ਹੁੰਦਾ ਹੈ ਕਿ ਸਵਾਦ ਹੋਊਗਾ ਕਿ ਨਹੀਂ ਬਹੁਤ ਵਧੀਆ ਜਿੱਦਾਂ ਦਾ ਘਰੇ ਆ ਉਦਾਂ ਇੱਥੇ ਆ ਉਦੋਂ ਵਧੀਆ ਹੀ ਹੋਊ ਤੁਸੀਂ ਕੀ ਰੋਜ਼ ਖਾਣਾ ਆਉਂਦੇ ਹੋ ਨਹੀਂ ਜੀ ਮੈਂ ਕਦੇ ਕਦੇ ਜਾਣੀ ਇੱਕ ਅੱਧਾ ਦਿਨ ਟੱਪ ਕੇ ਮੈਂ ਆਉਂਦਾ ਹੀ ਰਹਿੰਦਾ ਵਾਂ ਹਾਂਜੀ ਪੂਰਾ ਵਧੀਆ ਘਰ ਦਾ ਖਾਣਾ ਹਾਂਜੀ ਬਿਲਕੁਲ ਠੀਕ ਹੈ ਬਿਲਕੁਲ ਤੇ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਇਹ ਪਤਾ ਹੋਗਾ ਪਰ ਇਸ ਜਗ੍ਹਾ ਤੇ ਭੀੜ ਲੱਗਣੀ ਹੁਣ ਸ਼ੁਰੂ ਹੋ ਚੁੱਕੀ ਆ 20 ਰੁਪਏ ਚ ਕੜੀ ਚਾਵਲ ਤੇ 30 ਰੁਪਏ ਚ ਰਾਜਮਾ ਚਾਵਲ ਅਨਲਿਮਿਟਿਡ ਲੋਕ ਇੱਥੇ ਖਾਣ ਪਹੁੰਚ ਗਏ ਨੇ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਸਵਾਦ ਵੀ ਬਹੁਤ ਆ ਪਰ ਤੁਹਾਨੂੰ ਇਹਦੀ ਇੱਕ ਹੋਰ ਖਾਸੀਅਤ ਤੁਹਾਨੂੰ ਦੱਸ ਦਿੰਦੇ ਆ ਸਤਿ ਸ਼੍ਰੀ ਅਕਾਲ ਸਰ ਹੁਣ ਤੁਸੀਂ ਇੱਥੇ ਅਨਲਿਮਿਟਿਡ ਖਾਣਾ ਮਿਲਦਾ ਜਿੰਨਾ ਮਰਜ਼ੀ ਖਾਓ ਤੁਸੀਂ ਇੱਕ ਵਾਰ ਖਾ ਚੁੱਕੇ ਦੁਬਾਰਾ ਖਾਣਾ ਹੈ ਤੇ ਕੀ ਕਹੋਗੇ ਵਧੀਆ ਹੈ ਪੂਰਾ ਬੜੀਆ ਹੈ ਜੀ ਪੇਟ ਪੂਰਾ ਭਰ ਕੇ ਇੱਥੇ ਜਾਂਦੇ ਹਾਂ ਜੀ ਪੇਟ ਭਰ ਕੇ ਪੂਰਾ ਖਿਆਤਾ ਹੈ ਕੀ ਕਹੋਗੇ ਉਹਨਾਂ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਹੈ ਜਿੰਨਾ ਮਰਜ਼ੀ ਖਾਓ 20 ਰੁਪਏ ਜਾਂ 30 ਰੁਪਏ ਚ ਕੀ ਕਹੋਗੇ ਬੜੇ ਬੜੀਆ ਹੈ ਜੀ ਤੁਸੀਂ ਇੱਥੇ ਰੋਜ਼ ਆਉਂਦੇ ਹੋ ਹਾਂ ਜੀ ਕਿਸੇ ਦਿਨ ਨਹੀਂ ਆਤੇ ਨੇ ਤੇ ਰੋਜ਼ ਆਤੇ ਹੈ ਤੁਹਾਨੂੰ ਇੱਕ ਖਾਸ ਗੱਲ ਦੱਸਾਂਗੇ ਇੱਥੇ 20 ਰੁਪਏ ਚ ਜਿਹੜੇ ਕੜੀ ਚਾਵਲ ਜਿੰਨਾ ਮਰਜ਼ੀ ਖਾਓ 30 ਰੁਪਏ ਚ ਰਾਜਮਾ ਚਾਵਲ ਜਿੰਨਾ ਮਰਜ਼ੀ ਖਾਓ ਪਰ ਇਹਦੇ ਨਾਲ ਖਾਸ ਗੱਲ ਇਹ ਆ ਕਿ ਤੁਸੀਂ ਇੱਥੇ ਸੀਟਿੰਗ ਅਰੇਂਜਮੈਂਟ ਵੀ ਇਹਨਾਂ ਵੱਲੋਂ ਕੀਤੀ ਗਈ ਹੈ ਸੀਟਿੰਗ ਅਰੇਂਜਮੈਂਟ ਏਸੀ ਚ ਬਹਿ ਕੇ ਤੁਸੀਂ ਅੰਦਰ ਖਾ ਸਕਦੇ ਹੋ ਤੁਹਾਨੂੰ ਸੀਟਿੰਗ ਅਰੇਂਜਮੈਂਟਸ ਵੀ ਦਿਖਾ ਦਿੰਦੇ ਆ ਇਹ ਸੀਟਿੰਗ ਅਰੇਂਜਮੈਂਟਸ ਆ ਤੁਸੀਂ ਬਾਹਰੋਂ ਲੈ ਕੇ ਖਾਣਾ ਤੁਸੀਂ ਇੱਥੇ ਆਰਾਮ ਨਾਲ ਬਹਿ ਕੇ ਖਾ ਸਕਦੇ ਹੋ ਤੇ ਇੰਨਾ ਵਧੀਆ ਸੀਟਿੰਗ ਅਰੇਂਜਮੈਂਟਸ ਆ ਇੱਥੇ ਏਸੀ ਵੀ ਲੱਗਿਆ ਹੋਇਆ ਆਰਾਮ ਨਾਲ ਤੁਸੀਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤੁਸੀਂ ਅੰਦਰ ਬਹਿ ਕੇ ਆਰਾਮ ਨਾਲ ਠੰਡ 'ਚ ਖਾ ਸਕਦੇ ਹੋ ਤਾਂ ਆਪਾਂ ਇਸ ਬਾਰੇ ਇੱਥੋਂ ਦੇ ਜਿਹੜੇ ਓਨਰਸ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਇੱਥੇ ਓਨਰ ਮੌਜੂਦ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ ਬਲਵਿੰਦਰ ਸਿੰਘ ਅਨਲਿਮਿਟਿਡ ਖਾਣਾ 20 ਰੁਪਏ 30 ਰੁਪਏ ਚ ਇਹ ਕਿਵੇਂ ਸੋਚਿਆ ਤੁਸੀਂ ਇਹ ਅਸੀਂ ਆਪਣੀ ਦੁਕਾਨ ਦੀ ਮਸ਼ਹੂਰੀ ਵਾਸਤੇ ਸੋਚਿਆ ਸੀ ਵੀ ਮਸ਼ਹੂਰੀ ਕਰਨ ਵਾਸਤੇ ਕੋਈ ਨਵਾਂ ਤਰੀਕਾ ਲੱਭਿਆ ਜਾਵੇ ਇਹ ਸਾਡਾ ਸੋਚ ਤੇ ਜਿਵੇਂ ਤੁਸੀਂ ਹੁਣ ਜਿਵੇਂ ਅਸੀਂ ਪਹੁੰਚੇ ਹਾਂ ਨਾਲੇ ਅਸੀਂ ਸੋਚਿਆ ਵੀ ਕੋਈ ਆਈਟਮ ਆਪਣੀ ਅਸੀਂ ਮਸ਼ਹੂਰ ਕਰੀਏ ਵੀ ਕੋਈ ਵੀ ਆਈਟਮ ਇੱਕ ਸ਼ੌਪ ਦੀ ਮਸ਼ਹੂਰ ਹੋਣੀ ਚਾਹੀਦੀ ਆ ਵੀ ਉਹ ਲੋਕਾਂ ਨੂੰ ਚੰਗੀ ਲੱਗੇ ਤੇ ਲੋਕੀ ਸਾਡੇ ਦੁਕਾਨ ਨਾਲ ਜ਼ਿਆਦਾ ਜੁੜਨ ਤੇ ਕਿੱਦਾਂ ਦਾ ਰਿਸਪੌਂਸ ਆਇਆ ਜਦੋਂ ਤੋਂ ਤੁਸੀਂ ਇਹ ਸ਼ੁਰੂ ਕੀਤਾ ਅਸੀਂ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਨੂੰ ਲੋਕਾਂ ਨੇ ਬਹੁਤ ਜ਼ਿਆਦਾ ਤਾਰੀਫ ਕੀਤੀ ਆ ਲੋਕੀ ਬਹੁਤ ਖੁਸ਼ ਹੋ ਕੇ ਜਾ ਰਹੇ ਆ ਸਾਡੇ ਕੰਮ ਤੋਂ
ਤੁਸੀਂ ਬਹੁਤ ਵਧੀਆ ਕੰਮ ਕੀਤਾ ਜਿਵੇਂ ਕੋਈ ਵੀ ਅਗਰ ਤੁਹਾਨੂੰ ਪੁੱਛੋ ਨਾ ਤੇ ਤੁਸੀਂ ਸ਼ੁਰੂਆਤ ਕਿਉਂ ਕੀਤੀ ਆ ਤਾਂ ਤੁਸੀਂ ਜਿਵੇਂ ਜਵਾਬ ਦਿੱਤਾ ਕਿ ਤੁਸੀਂ ਇਹ ਮਸ਼ਹੂਰੀ ਲਈ ਕੀਤੀ ਆ ਪਰ ਤੁਸੀਂ ਆਈ ਨਹੀਂ ਕਿਹਾ ਕਿ ਝੂਠ ਬੋਲਿਆ ਕਿ ਹਾਂ ਬਈ ਅਸੀਂ ਸੇਵਾ ਕਰਨੀ ਹੈ ਸੇਵਾ ਵਾਲਾ ਕੰਮ ਨਹੀਂ ਅਸੀਂ ਕੀਤਾ ਲੋਕੀ ਇਹਨੂੰ ਸੇਵਾ ਸਮਝਦੇ ਆ ਲੋਕਾਂ ਦੇ ਮਨ 'ਚ ਜਾਂਦਾ ਵੀ ਇਹ ਸੇਵਾ ਹੋ ਮੈਂ ਹੁਣੀ ਬਾਰੇ ਪੁੱਛੋ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਸੇਵਾ ਹੈ ਨਹੀਂ ਅਸੀਂ ਇਹ ਸੇਵਾ ਸਮਝ ਕੇ ਨਹੀਂ ਕੀਤਾ ਅਸੀਂ ਆਪਣੀ ਦੁਕਾਨ ਦੀ ਮਸ਼ਹੂਰੀ ਅਤੇ ਆਪਣੀ ਦੁਕਾਨ ਮਸ਼ਹੂਰ ਵਾਸਤੇ ਇੱਕ ਆਈਟਮ ਮਸ਼ਹੂਰ ਕਰਨ ਵਾਸਤੇ ਲੱਗਿਆ ਨਹੀਂ ਕਿਸ ਦੇ ਨਾਲ ਘਾਟਾ ਵੀ ਹੋਊਗਾ ਤੁਹਾਨੂੰ ਨਹੀਂ ਅਸੀਂ ਨੋ ਪ੍ਰੋਫਿਟ ਨੋ ਲੋਸ ਦਾ ਮਾਰਜਨ ਰੱਖ ਕੇ ਚੱਲੇ ਹਾਂ ਕਨਸੈਪਟ ਇੱਕ ਤਰ੍ਹਾਂ ਦੇ ਐਡਵਰਟਾਈਜ਼ਮੈਂਟ ਵੀ ਹੋ ਗਏ ਇੱਕ ਤਰ੍ਹਾਂ ਦਾ ਭਲਾਈ ਦਾ ਵੀ ਆਪਾਂ ਕਹਾਂਗੇ ਕਿਉਂਕਿ ਤੁਸੀਂ ਨੋ ਪ੍ਰੋਫਿਟ ਨੋ ਲੋਕੀ ਭਲਾਈ ਸਮਝਦੇ ਆ ਅਸੀਂ ਨਹੀਂ ਅਸੀਂ ਐਡ ਪਰ ਲੋਕਾਂ ਲਈ ਬਹੁਤ ਵੱਡੀ ਗੱਲ ਆ ਬਹੁਤ ਭਲਾਈ ਵਾਲੀ ਗੱਲ ਆ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਤੇ ਤੁਸੀਂ ਇਹ ਕਦੋਂ ਤੋਂ ਸੋਚਿਆ ਹੈ ਕਦੋਂ ਤੋਂ ਸ਼ੁਰੂਆਤ ਕੀਤੀ ਹੋਈ ਹੈ ਇਹ ਪਿਛਲੇ ਸਾਲ ਸ਼ੁਰੂ ਕੀਤਾ ਸੀ 26 ਜਨਵਰੀ ਨੂੰ ਕਾਫੀ ਲੋਕਾਂ ਨੂੰ ਹੁੰਦਾ ਲੋਕਡਾਊਨ ਦੇ ਵਿੱਚ ਹੀ ਅਸੀਂ ਕਨਸੈਪਟ ਬਣਾਉਂਦੇ ਰਹੇ ਵੀ ਕੋਈ ਐਡ ਕੀਤੀ ਜਾਵੇ ਕਿਸੇ ਤਰੀਕੇ ਨਾਲ ਕਿਉਂਕਿ ਲੋਕੀ ਸਾਡੇ ਨਾਲ ਉਹ ਲੋਕਡਾਊਨ 'ਚ ਟੁੱਟ ਗਏ ਸੀ ਦੁਕਾਨ ਤੋਂ ਬਹੁਤ ਕਸਟਮਰ ਆਪਣੇ ਆਪਣੇ ਮਹੱਲਿਆਂ 'ਚ ਜਾਣ ਲੱਗ ਗਏ ਸੀ ਉਹ ਸਾਡੀ ਦੁਕਾਨ ਤੋਂ ਟੁੱਟ ਗਏ ਸੀਗੇ ਉਹਨਾਂ ਲੋਕਾਂ ਨੂੰ ਦੁਬਾਰਾ ਬੁਲਾਉਣ ਵਾਸਤੇ ਅਸੀਂ ਕਨਸੈਪਟ ਸ਼ੁਰੂ ਕੀਤਾ ਤੁਹਾਨੂੰ ਘਾਟਾ ਵੀ ਨਹੀਂ ਆ ਅਤੇ ਫਾਇਦਾ ਵੀ ਨਹੀਂ ਆ ਤੁਸੀਂ ਇਹ ਫਿਰ ਵੀ ਸ਼ੁਰੂ ਕੀਤੀ ਹੋਈ ਆ ਫਾਇਦਾ ਹੀ ਫਾਇਦਾ ਸਾਨੂੰ ਸਾਡੇ ਨਾਲ ਕਸਟਮਰ ਦੁਬਾਰਾ ਜੁੜ ਗਏ ਸਾਡੇ ਤੋਂ ਉਹਦੇ 'ਚੋਂ ਨਹੀਂ ਬਚਦਾ ਸਾਨੂੰ ਦੂਜੀ ਸਮਾਨ ਸਾਡਾ ਜ਼ਿਆਦਾ ਵਿਕ ਜਾਂਦਾ ਐਡਵਰਟਾਈਜ਼ਮੈਂਟ ਟੈਕਨੀਕ ਬੜੀ ਵਧੀਆ ਤੁਸੀਂ ਸ਼ੁਰੂ ਕੀਤੀ ਹੋਈ ਆ ਅਤੇ ਕਾਫੀ ਹੁੰਦਾ ਕਿ 90 ਰੁਪਏ ਸਸਤਾ ਕਿਉਂ ਦੇ ਰਿਹਾ ਇਹ ਕਿ ਸਾਫ਼ ਸਫਾਈ ਹੋਊਗੀ ਕਿ ਨਹੀਂ ਉਹਦੇ ਬਾਰੇ ਕੀ ਕਹਿੰਦੇ ਹੋ ਉਸ ਲਈ ਵੀ ਸਾਫ਼ ਸਫਾਈ ਵਾਸਤੇ ਤਾਂ ਪਹਿਲਾਂ ਹੀ ਸਾਫ਼ ਸਫਾਈ ਦਾ ਤਾਂ ਸਾਡਾ ਗੌਰਮੈਂਟ ਵੀ ਕਹਿੰਦੀ ਹੈ ਵੀ ਪਹਿਲਾਂ ਸਾਫ਼ ਸਫਾਈ ਚੀਜ਼ ਦਿਓ ਕਿਉਂਕਿ ਲੋਕਾਂ ਦੀ ਸਿਹਤ ਨਾ ਨਾ ਖਰਾਬ ਹੋਵੇ ਅਸੀਂ ਸਸਤਾ ਦੇ ਰਹੇ ਹਾਂ ਸਿਹਤ ਨਾਲ ਥੋੜ੍ਹਾ ਖਿਲਵਾੜ ਕਰਾਂਗੇ ਕਿਸੇ ਦੀ ਚੀਜ਼ ਵੀ ਵਧੀਆ ਦੇਵਾਂਗੇ ਸਸਤੀ ਸੀ ਆਪਦੇ ਤੌਰ 'ਤੇ ਦੇ ਰਹੇ ਹਾਂ ਨਾ ਕਿ ਲੋਕਾਂ ਨੂੰ ਘਟੀਆ ਚੀਜ਼ ਨੂੰ ਸਸਤਾ ਦੇ ਰਹੇ ਹਾਂ ਆਮ ਤੌਰ 'ਤੇ ਹੁੰਦਾ ਲੋਕ ਘਟੀਆ ਚੀਜ਼ਾਂ ਨੂੰ ਸਸਤਾ ਦਿੰਦੇ ਆ ਅਸੀਂ ਕਿਤੇ ਵੀ ਚਲੇ ਜਾਂਦੇ ਹਾਂ ਨਾ ਸਸਤੀ ਚੀਜ਼ ਹੁੰਦੀ ਉਹ ਘਟੀਆ ਹੁੰਦੀ ਆ ਵਧੀਆ ਚੀਜ਼ ਕੋਈ ਸਸਤੀ ਨਹੀਂ ਵੇਚਦਾ ਕਿੰਨਾ ਬਣ ਜਾਂਦਾ ਤੁਹਾਨੂੰ ਕਿੰਨਾ ਲੱਗ ਜਾਂਦਾ ਰਾਜਮਾ ਚਾਵਲ ਇਹ ਕੋਈ ਜਿੰਦਾ ਬਣੀ ਜਾਵੇ ਇਹਦੀ ਟਾਈਮਿੰਗ ਦੱਸੋਗੇ ਤੁਸੀਂ ਕਦੋਂ ਤੋਂ ਸ਼ੁਰੂਆਤ ਹੁੰਦੀ ਹੈ ਅਸੀਂ ਆਪਣਾ ਅੰਦਾਜ਼ਾ ਸ਼ੁਰੂ ਕਰ ਦਿੰਦੇ ਹਾਂ 11 ਕੁ ਵਜੇ ਅਤੇ 2:30-3 ਵਜੇ ਜਾਂਦੇ ਆ ਲੰਚ ਟਾਈਮ ਕਹਿੰਦੇ ਮਤਲਬ ਕਿ ਲੋਕਾਂ ਨੂੰ ਪੂਰਾ ਮਿਲ ਜਾਂਦਾ ਤੁਹਾਡੇ ਇੱਥੇ ਤਾਂ ਪੱਕੇ ਗ੍ਰਾਹਕ ਵੀ ਜੁੜੇ ਹੋਣਗੇ ਬਹੁਤ ਗ੍ਰਾਹਕ ਜੁੜੇ ਆ ਇਸੇ ਨੂੰ ਯਾਦ ਹੀ ਨਹੀਂ ਰਹਿੰਦਾ ਗਾਹਕੀ ਸਾਨੂੰ ਦੱਸਦੇ ਆ ਕੇ ਵੀ ਅਸੀਂ ਰੋਜ਼ ਖਾ ਕੇ ਜਾਂਦੇ ਹਾਂ ਬਹੁਤ ਵਧੀਆ ਗੱਲ ਲੱਗੀ ਤੁਸੀਂ ਆਈ ਨਹੀਂ ਕਿ ਦਿੱਤਾ ਹੈ ਅਤੇ ਬਾਹਰੋਂ ਜਾ ਕੇ ਖਾ ਕੇ ਸੋਚ ਤੁਸੀਂ ਇਹਦੇ ਸਪੈਸ਼ਲ ਅਰੇਂਜਮੈਂਟ ਵੀ ਸਿਰਫ ਇਹਦੇ ਲਈ ਕੀਤੀ ਆ ਹਾਂਜੀ ਹਾਂਜੀ ਇਹ ਸਾਡਾ ਸਿਟਿੰਗ ਅਰੇਂਜਮੈਂਟ ਤਾਂ ਸਵੀਟ ਸ਼ੋਪ 'ਤੇ ਹੁੰਦੇ ਹੀ ਆ ਮੋਸਟਲੀ ਕਿਉਂਕਿ ਸਾਡਾ ਫਾਸਟ ਫੂਡ ਵੀ ਆ ਨਾਲ ਇੱਥੇ ਜੋ ਮਰਜ਼ੀ ਬਹਿ ਕੇ ਖਾ ਲਵੇ ਉਸ ਤਰ੍ਹਾਂ ਵੀ ਕੋਈ ਬਹਿ ਜਾਵੇ ਆ ਕੇ ਅਸੀਂ ਰੋਕਦੇ ਨਹੀਂ ਤਾਂ ਸਾਡੇ ਕਹਿਣ 'ਤੇ ਸਰ ਆ ਉਹ ਸਾਨੂੰ ਅੰਦਰ ਵੀ ਰਸੋਈ 'ਚ ਦਿਖਾਉਣ ਲੱਗੇ ਆ ਕਿ ਜਿੱਥੇ ਉਹ ਜਿਹੜੇ ਰਾਜਮਾ ਚਾਵਲ ਉਹ ਬਣ ਰਹੇ ਆ ਕਿੰਨੀ ਸਫਾਈ ਨਾਲ ਬਣ ਰਿਹਾ ਔਰ ਇਹਨਾਂ ਨੂੰ ਅਗਰ ਤੁਸੀਂ ਦੇਖੋ ਤਾਂ ਸ਼ੀਸ਼ਾ ਵੀ ਲੱਗਿਆ ਹੋਇਆ ਕਿ ਅੰਦਰ ਦੇਖ ਸਕਦੇ ਕਿੰਨੇ ਸਾਫ਼ ਤਰੀਕੇ ਨਾਲ ਇਹਨਾਂ ਵੱਲੋਂ ਇਹ ਬਣਾਈ ਜਾਂਦੀਆਂ ਚੀਜ਼ਾਂ ਆ ਜਾਓ ਸਰ ਆ ਦੇਖੋ ਜੇ ਹੋਰ ਚੱਲੇਗਾ ਜੇ ਸਾਰੇ ਲੋਕ ਸਾਡੇ ਤੋਂ ਖੁਸ਼ ਹੋ ਕੇ ਜਾ ਰਹੇ ਆ ਸਾਰਾ ਖਤਮ ਹੋ ਜਾਣਾ ਤੁਹਾਡਾ 2:30-3 ਵਜੇ ਤੱਕ 2:30-3 ਵਜੇ ਤੱਕ 3 ਵਜੇ ਤੱਕ ਖਤਮ ਹੋ ਜਾਂਦਾ ਵਧੀਆ ਹੈ ਸਰ ਤੁਹਾਡੇ ਵੱਲੋਂ ਜਿਹੜਾ ਇਹ ਕੀਤਾ ਗਿਆ ਹੈ ਕੜੀ ਖਤਮ ਹੋ ਜਾਂਦੀ ਹੈ ਪਹਿਲਾਂ ਕਿਤੇ ਰਾਜਮਾ ਖਤਮ ਹੋ ਜਾਂਦੇ ਆ ਬਰਾਬਰ ਚੱਲਦਾ ਕਿਤੇ ਰਾਜਮਾ ਨੂੰ ਪਸੰਦ ਕਰਨ ਵਾਲੇ ਜ਼ਿਆਦਾ ਆ ਜਾਂਦੇ ਆ ਉਦੋਂ ਰਾਜਮਾ ਜਲਦੀ ਖਤਮ ਹੋ ਜਾਂਦੇ ਆ ਜਦੋਂ ਕੜੀ ਨੂੰ ਪਸੰਦ ਕਰਨ ਵਾਲੇ ਆ ਜਾਂਦੇ ਉਦੋਂ ਕੜੀ ਖਤਮ ਹੋ ਜਾਂਦੀ ਹੈ ਕਾਫੀ ਲੋਕ ਝਿਜਕਦੇ ਆ ਕਿ ਨਹੀਂ ਅੰਦਰ ਨਹੀਂ ਦਿਖਾਉਣਾ ਤੁਸੀਂ ਆਰਾਮ ਨਾਲ ਅੰਦਰ ਲੈ ਆਇਆ ਕਿਉਂਕਿ ਸਾਫ਼ ਸਫਾਈ ਹੈ ਪੂਰੀ ਉਹ ਜਿਹੜੇ ਨਹੀਂ ਦਿਖਾਉਂਦੇ ਉਹਨਾਂ ਦੇ ਮਨ 'ਚ ਚੋਰ ਹੁੰਦਾ ਜੀ ਸਾਡੇ ਮਨ 'ਚ ਕੋਈ ਚੋਰ ਹੀ ਨਹੀਂ ਸਾਫ਼ ਤਰੀਕੇ ਨਾਲ ਵਧੀਆ ਤੁਹਾਨੂੰ ਇੱਥੇ ਰਾਜਮਾ ਚਾਵਲ ਕੜੀ ਚਾਵਲ ਮਿਲਣਗੇ ਉਹ ਵੀ ਜਿੰਨਾ ਮਰਜ਼ੀ ਖਾਓ ਕੋਈ ਰੋਕ ਟੋਕ ਨਹੀਂ ਆ ਕੋਈ ਇੱਕ ਪਲੇਟ ਖਾ ਕੇ ਤੁਸੀਂ ਘਰੇ ਨਹੀਂ ਜਾਣਾ ਆਰਾਮ ਨਾਲ ਢਿੱਡ ਭਰ ਕੇ ਇੱਥੇ ਖਾਓ ਅਤੇ ਇੱਥੇ ਬਹੁਤ ਵਧੀਆ ਇਹਨਾਂ ਵੱਲੋਂ ਜਿਹੜਾ ਕਿ ਸ਼ੁਰੂ ਕੀਤਾ ਗਿਆ ਅਤੇ ਸਾਡੇ ਨਾਲ ਇਹ ਮੌਜੂਦ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਕਿੱਦਾਂ ਦਾ ਇਹ ਲੱਗਿਆ ਕਿ 20 ਰੁਪਏ 'ਚ ਅਤੇ 30 ਰੁਪਏ 'ਚ ਅਨਲਿਮਿਟਡ ਖਾਣਾ ਖਾਓ ਸਤਿ ਸ਼੍ਰੀ ਅਕਾਲ ਜੀ ਦੱਸਦਾ ਨਾ ਭੁਪਿੰਦਰ ਸਿੰਘ ਬੱਬੂ ਆ ਇਸ ਪਰਿਵਾਰ ਨਾਲ ਜਾਂ ਦੁਕਾਨ ਨਾਲ ਪਿਛਲੇ 27 ਸਾਲ ਤੋਂ ਜੁੜੇ ਹਾਂ ਅਤੇ ਕਰਦੇ ਕਰਦੇ ਇਹਨਾਂ ਨੇ ਇਹ ਸਿਸਟਮ ਜਿਹਾ ਸ਼ੁਰੂ ਕੀਤਾ ਘਰੋਂ ਹਰ ਰੋਜ਼ ਟਿਫਨ ਆਉਂਦਾ ਚੈੱਕ ਵੀ ਕਰ ਸਕਦੇ ਹੋ ਉਹ ਪਤਾ ਨਹੀਂ ਕੀ ਇਹਨਾਂ ਨੇ ਘੋਲ ਕੇ ਪਲਾਇਆ ਕੜੀ ਚੌਲ ਖਾਣੇ ਹੀ ਖਾਣੇ ਆ ਘਰੋਂ ਟਿਫਨ ਵੀ ਵਗੈਰਾ ਆਉਂਦਾ ਇੱਕ ਦਿਨ ਕਿਤੇ ਘਰਦਿਆਂ ਨੂੰ ਕਹਿਤਾ ਵੀ ਕੜੀ ਉੱਦਾਂ ਦੀ ਤੁਹਾਡੇ ਕੋਲ ਘਰ ਨਹੀਂ ਬਣਦੀ ਜਿੱਦਾਂ ਦੀ ਉੱਥੇ ਮਿਲਦੀ ਆ ਘਰ ਲੜਾਈ ਹੋ ਗਈ ਇਹ ਰਹਿਲੀ ਚੀਜ਼ ਆ ਤੁਸੀਂ ਟੇਸਟ ਕਰਕੇ ਦੇਖ ਸਕਦੇ ਹੋ ਵੀ ਵਧੀਆ ਚੀਜ਼ ਬਣਦੀ ਆ ਕੋਈ ਵੀ ਆਪਾਂ ਚੀਜ਼ ਆ ਅਗਰ ਆਪਾਂ ਨੂੰ ਵਧੀਆ ਚੀਜ਼ ਮਿਲਦੀ ਆਪਾਂ ਉੱਥੇ ਭੱਜਦੇ ਹਾਂ ਸਾਡੀ ਰਿਹਾਇਸ਼ ਬੱਸ ਸਟੈਂਡ ਦੇ ਕੋਲ ਆ
ठीक है जी। कोई भी चीज़ लैनी होंगी चाहे छुट्टी करके लैनी हो स्पैशल इतने आ जाइए भी एक दुकान परिवार वाला रिश्ता बनया होया है कि जिन्हों को पैसे नहीं है सिर्फ वही आते बहुत अच्छे घरों तो सारे लोग इतने मिल के खा रहे हैं। हाँ बिल्कुल खा रहे हैं कई कई परिवार आते दोपहरे वो लंच इतने करते हैं स्कूल वाले बच्चे भी देखे इतने आए हुए हाँ बच्चे वाले आए हुए वो कई बार ना बाहर कट होया हूँ अगला कहना देखते की चीज़ है यार चलो टेस्ट करके देखिए फिर जिन्हें एक दिन टेस्ट कर लिया मुड़ के वो कहना ना भी एक बार खाओ बार बार उस हिसाब हो जाता है वह सारे फिर उस हिसाब ना आते हैं जानी बहुत बेस्ट चीज़ है मैम। रोज आते हो लोग एक बजे डेली आते हैं डेली आते हो एक बजे तो क्या खाना भी बड़ा पसंद आता है खाना भी पसंद आता है कभी सोचा था 20 रुपए में पेट भर कोई खाना खिलाएगा खाना नहीं यहाँ जाओ तो 50 रुपए लेते हैं आगे तो भर पेट खाना देते हैं यहाँ 20 रुपए में दोबारा भी जाके ले आते हैं तो पेट भर जाता है चले जाते हैं। हाँ ये असं इतने मौजूद से खालसा स्वीट्स क्वालिटी चौंक जो शिमला पूरी आ 20 रुपए च कड़ी चावल जिन्ना मर्जी खाओ तो 30 रुपए च राजमा चावल जिन्ना मर्जी खाओ तो सीटिंग अरेजमेंट भी मौजूद है एसी च आराम नाल बह के तुसीं इत्थे खा सकदे हो बड़ा ही स्वादिष्ट बड़ा ही हाइजीनिक तरीके नाल इन्हां वल्लों बनाया जाता है आराम नाल अंदर भी असीं देख के आए हैं तो तुहानूं तस्वीरां भी दिखाईआं किस तरह इन्हां वल्लों बनाया जाता है तो सवेरे 11 बजे तो लैके 2:30-3 बजे तक ये चलता है तो तुसीं इत्थे आ के जरूर खा सकदे हो। वधेरे अपडेट्स लई तुसीं लुधियाना टाइम्स मैं हर्षकर कैमरामैन संदीप नाल।